ਤੇਜਪਾਲ ਤੇ ਕਾਲਮਾ ਦਾ ਹਰਪਾਲ ਵਾਲੇ ਦੀ ਕਬੱਡੀ ਪਈ ਹੋਈ ਆ ਸਾਹਮਣੇ ਦੇਖਦੇ ਆ ਕੇ ਚੀ ਦੇ ਉੱਪਰ ਪੈਂਦੇ ਰਹੀਏ ਦੇ ਗੋਲ ਫਰੰਦੀਪੁਰੀਆ ਨੂੰ ਕੌਣ ਕੌਣ ਪਛਾਣ ਸਕਦਾ ਪਿਆਰੇ ਦੋਸਤਾਂ ਨੂੰ ਪਿਆਰੇ ਭਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਤੁਹਾਡਾ ਹਰਮਨ ਪਿਆਰਾ ਜਿਹਾ ਆ ਗਿਆ ਜੀ ਅਤੇ ਸ਼ੁਰੂ ਤੋਂ ਜਿਹੜੀ ਤੁਹਾਨੂੰ ਮੈਂ ਚੀਜ਼ ਦਿਖਾਉਣ ਦਿਆ ਸੀ ਵੈਸੇ ਤਾਂ ਬਹੁਤ ਹੀ ਘੱਟ ਸ਼ਾਇਦ ਦਰਸ਼ਕਾਂ ਨੂੰ ਪਛਾਣ ਸਕਣ ਮੈਂ ਉਹਨੂੰ ਕੰਪਿਊਟਰ ਦੀ ਭਾਸ਼ਾ 'ਚ ਤਾਂ ਵੈਸੇ ਰੋਮ ਚਿਪ ਕਹਿੰਦੇ ਆ ROM ਰੀਡ ਓਨਲੀ ਮੈਮਰੀ ਜੇ ਮੈਂ ਬੱਚਿਆਂ ਦੀ ਭਾਸ਼ਾ 'ਚ ਗੱਲ ਕਰਾਂ ਤਾਂ ਮਾਰੀਓ ਕੌਂਟਰਾ ਵਾਲੀ ਚਿਪ ਆਉਂਦੇ ਹੁੰਦੇ ਇਹਨੂੰ ਮਾਰੀਓ ਕੌਂਟਰਾ ਕਿੰਨੇ ਕਿੰਨੇ ਖੇਡੀ ਆ ਕਮੈਂਟ ਕਰਕੇ ਜ਼ਰੂਰ ਦੱਸੋ ਗਾਈਸ ਮੈਂ ਤਾਂ ਬਹੁਤ ਖੇਡੀ ਆ ਮਾਰੀਓ ਕੌਂਟਰਾ ਫਿਰ ਮੈਂ ਗੋਡ ਓਫ ਵਾਰ ਵੀ ਖੇਡੀ ਆ ਬੜੀਆਂ ਗੇਮਾਂ ਖੇਡਦਾ ਮੈਂ ਬੜਾ ਸ਼ੌਕੀ ਰਿਹਾ ਸ਼ੁਰੂ ਤੋਂ ਅਤੇ 300 ਰੁਪਏ ਦੀ ਆਉਂਦੀ ਹੁੰਦੀ ਸੀ ਬਾਕੀ ਮੈਂ ਤਾਂ ਆਪਾਂ ਕਿੱਥੇ ਚੱਲੇ ਹਾਂ ਮੀਰਾ ਕੋਟ ਚੱਲੇ ਹਾਂ ਜੀ ਅੱਜ ਆਪਾਂ ਸ਼ੇਰੇ ਭਲਵਾਨ ਜੀ ਦੇ ਪਿੰਡ ਸ਼ੋਅ ਮੈਚ ਆ ਉਹਨਾਂ ਨੇ ਟੀਮ ਬਣਾਈ ਆ ਅਤੇ ਫਰੰਦੀਪੁਰ ਦੀ ਟੀਮ ਦੇ ਵਿਚਕਾਰ ਆ ਮੈਚ ਆਓ ਚੱਲੀਏ ਮੈਚ 'ਤੇ ਅਤੇ ਜਿੰਨੇ ਜਿੰਨੇ ਮਾਰੀ ਕੌਂਟਰਾ ਖੇਡੀ ਆ ਲਾਈਕ ਕਰਕੇ ਜ਼ਰੂਰ ਜਾਇਓ ਸੋ ਜੱਗੂ ਵੀਰ ਦੀ ਨਰਜੀ ਆਈ ਆ ਬਾਹਰੋਂ ਆਸਟ੍ਰੇਲੀਆ ਤੋਂ ਆਹ ਨਰਜੀ ਪੀਂਦਾ ਜੀ ਇਹਦਾ ਨਾਂ ਕੀ ਆ ਐਨਾਬੋਲਿਕਸ ਫਰੀਕਟ ਪ੍ਰੀ ਟ੍ਰੇਨਰ ਇਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਦੂੰਗਾ ਜਿਹਨੇ ਖਰੀਦਣਾ ਖਰੀਦ ਸਕਦਾ ਜੀ ਫਲੇਵਰ ਕਿਹੜਾ ਵਾ ਪਾਈਨਐਪਲ ਬੜੀ ਵਧੀਆ ਸਵਾਦ ਬੜੀ ਜਦੇ ਖਾਣਾ ਜਿਹੜੇ ਕਨੇਡਾ ਅਮਰੀਕਾ ਚਲਿਆ ਉਹ ਜ਼ਰੂਰ ਮਿਸ ਕਰਦੇ ਹੋ ਗੁਰਵਿੰਦਰ ਸਿੰਘ ਜੀ ਵੇਪਰ ਰਹੇ ਸਾਹਮਣੇ ਪਹਿਲੀ ਰੇਲ ਖੇਡ ਗਰਾਊਂਡ ਵਿੱਚ ਤੱਕਦੇ ਆ ਇਹ ਤੇਜਪਾਲ ਹਸਰ ਸਿੰਘ ਦੀ ਧਰਤੀ ਆ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਇਸ ਪਾਸੇ ਪੰਜਾਬ ਲਾਈਨ ਕਬੱਡੀ ਦਾ ਮਾਚਾ ਫਿਰ ਰਹੀ ਹੈ ਦੂਜੇ ਪਾਸੇ ਫਰੰਦੀਪੁਰ ਪਹਿਲੀ ਰੇਡ ਪਈ ਹੋਈ ਖੇਡ ਗਰਾਊਂਡ 'ਚ ਇੱਕ ਕਨੀ ਦੇ ਸੱਤੂ ਬਣ ਕੇ ਤਿਆਰ ਆਹ ਕਬੱਡੀ ਦਾ ਤਕਨੀਕੀ ਜਾਫੀ ਹੈ ਗੋਲੀਆਂ ਦਾ ਰਿਸ਼ਮਾਲ ਕਸ਼ਮੀਰ ਕਪਿਆਲੇ ਦਾ ਚੰਡਿਆ ਹੋਇਆ ਦੂਜੇ ਪਾਸੇ ਤੇਜਪਾਲ ਸਿਰ ਸਿੰਘ ਦੀ ਧਰਤੀ ਮੇਰੇ ਕੋਲ ਪਹਿਲੀ ਰੇਡ ਤੇ ਪਹਿਲਾ ਪੁਆਇੰਟ ਪਾਣੀ ਜਿਹੜਾ ਹੈ ਉਹ ਗਰਾਊਂਡ ਦੇ ਵਿੱਚ ਪੈਦਾ ਕਰ ਦਿਓ ਸਾਹਮਣੇ ਚਾਰ ਬੱਬਰ ਸ਼ੇਰ ਵਿੱਚ ਅਗਲੀ ਰੇਡ ਪਾਉਣ ਦੀ ਵਧੇ ਹੋਇਆ ਸਾਹਮਣੇ ਚਾਰ ਜਾਫੀ ਕਮੀ ਤੇ ਪੋਲੂ ਪਾਲੇ ਚੱਕ ਪੜਾ ਦੂਜੀ ਕਮੀ ਤੇ ਫਰੰਦੀਪੁਰੀਆ ਖੇਪੀ ਹੈ ਹਰ ਜੱਗੂ ਕੋਲਾ ਸਾਹਿਬ ਚਾਰ ਜਾਫੀਆਂ ਜੋ ਕਿਹੜਾ ਗੱਭਰੂ ਜਹਾ ਲਾ ਕੇ ਬੱਲੇ ਬੱਲੇ ਕਰਾਉਂਦਾ ਹੈ ਕਾਲਵਾ ਵਾਲੇ ਦਾ ਕਹਿੰਦੇ ਛਿੱਕਾ ਚੱਲਦਾ ਗੁਰੂ ਦੇ ਖਾਲਸੇ ਦਾ ਪਰ ਬਤਾਲੇ ਮਾਰ ਕੇ ਪਾਤਸ਼ਾਹ ਵਿਕਰਾ ਸੀ ਪੰਜਾਬੀ ਵੀਰੇ ਇਹ ਫਤਿਆਂ ਵਾਧੀਆਂ ਕੰਬੂ ਦਾ ਚੰਡਿਆ ਦੂਜੇ ਪਾਸੇ ਕਬੱਡੀ ਦੇ ਸਬਿੰਦੀ ਰੇਡਰ ਕਾਕਾ ਅੰਬੂ ਸ਼ਾਹ ਪਟਵਾਲਾ ਆਓ ਦੇਖਾਂਗੇ ਬਾਈ ਦੇ ਫੇਰੇ ਲਾਈਦੀਆਂ ਤਾਂ ਹੋਣਾ ਤੇ ਨੰਬਰ ਪ੍ਰਣਾਮ ਸਿੰਘ ਜੀ ਫੇਰ
ਇਸ ਨਾਲ ਆਸਟ੍ਰੇਲੀਆ ਵੱਲ ਹੋਵੇਗਾ ਸਾਬਾ ਕੀੜੀ ਫਗਾਨਾ ਵਾਲਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਏਰੀਆ ਗੁਰਦਾਸਪੁਰ ਇਹ ਰੇਡ ਪਾਉਣ ਲਈ ਵਧਿਆ ਹੋਇਆ ਪਿਛਲੇ ਸਾਲ ਯੂਰਪ ਖੇਡਿਆ ਪਰ ਇਸ ਸਾਲ ਪੰਜਾਬ ਦੇ ਖੇਡ ਮੇਲਿਆਂ ਵਿੱਚ ਵਧੀਆ ਨੰਗਲ ਦੀ ਧਰਤੀ ਦਾ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਵਾਧਾ ਹੋਇਆ ਕਿ ਕਬੱਡੀ ਵਿੱਚ ਸਰਦਾਰੀ ਅੱਜ ਕੱਲ੍ਹ ਬੱਬਰ ਸ਼ੇਰਾਂ ਦੀ ਸਾਰੀ ਦੁਨੀਆ ਫੈਨ ਹੋ ਮਾਲਿਆ ਮਾਝੇ ਦੇ ਪਲੇਅਰਾਂ ਦੀ ਤੇ ਸਾਰੀ ਦੁਨੀਆ ਫੈਨ ਹੋ ਮਾਲਿਆ ਮਾਝੇ ਦੇ ਪਲੇਅਰਾਂ ਦੀ ਪੈਂਟ ਉੱਤੇ ਹਰਪ੍ਰੀਤ ਸਾਡਾ ਵੀਰ ਕਹਿੰਦਾ ਕਿ ਕਬਲ ਮੀਰਾ ਕੋਟੀਏ ਦੀ ਰੇਡ 1100 ਦੀ ਹੋਵੇਗੀ ਚਾਰ ਚਾਰ ਨੇ ਫਰੰਦੀ ਪਰਿਆ ਆਹ ਪਹਿਲੀ 1100 ਦੀ ਪਰਾਹ ਮੁੰਡੇ ਨੇ ਕਹਿੰਦੇ 25,000 ਦੇ ਤਿੰਨ ਚਾਰ ਸਿਰ ਸਿੰਘਿਆ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਤੇ ਬਹੁਤ ਤਗੜਾ ਖੇਡਿਆ ਫਰੰਦੀ ਪੁਰਗ ਦੀ ਟੀਮ ਦੇ ਵੱਲੋਂ ਇਹ ਚਮਕਦਾ ਹੋਇਆ ਚਿਰਾਗ ਕਬੱਡੀ ਦਾ ਸਾਹਮਣੇ ਚਾਰ ਜਾਫੀ ਨੇ ਇੱਕ ਪਾਸੇ ਵੇਹੜੇ ਪਿੰਡਵਾਲਾ ਲੱਭ ਲਿਆ ਦੂਜੀ ਕੰਨੀ ਤੇ ਸੰਧੂ ਨੇ ਸ਼ੇਰਪੁਰ ਬੋਲਿਆਂ ਵਾਲਾ ਨਾਲ ਕਰਵਾ ਦਾ ਹਰਪਾਲ ਇਸ ਵੇਲੇ ਕਰਦਾ ਹੋਇਆ ਟਰਾਈ ਕੈਨੇਡਾ ਦੀਆਂ ਖੇਡ ਗਰਾਊਂਡਾਂ ਵਿੱਚ ਖੇਡਣ ਵਾਲਾ ਬੱਬਰ ਸ਼ੇਰ ਇਧਰਲੇ ਪਾਸੇ ਦੇਖਾਂਗੇ ਸੰਦੀਪ ਟਿਕਾਣੇ ਗੱਲ ਲਾ ਕੇ ਅਮਨ ਚਨੇਰ ਪੁਰਸੀਆ ਖੇਡ ਮੈਦਾਨ ਦੇ ਜਰੇੜ ਪਾ ਰਿਹਾ ਚਾਰ ਪਿਆਰ ਹੈ ਇੱਕ ਕੰਨੀ ਤੇ ਕਹਿੰਦੇ ਪੱਪਾ ਨਾਲ ਇੱਕ ਕੰਨੀ ਕਹਿੰਦੇ ਫਰੰਦੀ ਪੁਰੀ ਨੇ ਮੱਲੀ ਹੋਈ ਹੈ ਟਾਕਰੇ ਖੇਡ ਮੈਦਾਨ ਚ ਪੱਪਾ ਅਮਨ ਚਨੇਰ ਪੁਰਸੀਆ ਆਹ ਪੁਰਸੀਆ ਗਿਆ ਪੁਰਸੀਆ ਗਿਆ ਪਰ ਕਿਹੜਾ ਬੱਲ ਪੂਰੀਆਂ ਵਾਲਾ ਬਟਾਲੇ ਦੇ ਏਰੀਏ ਦਾ ਸਾਹਮਣੇ ਮੇਰੇ ਬੋੜਾ ਲੱਭ ਲਈ ਦਲਜੀਤ ਸਿੰਘ ਵਿਰਕ ਦਾ ਭਰੀਜਾ ਟਰਾਈ ਕਰਦਾ ਹੋਇਆ ਫਿਰ ਤੇ ਪਿਛਲੇ ਸਾਲ ਇਹ ਨਿਊਜ਼ੀਲੈਂਡ ਦੀ ਖੇਡ ਗਰਾਊਂਡ ਅੰਦਰ ਸੁਪਰੀਮ ਸਿੱਖ ਸੁਸਾਇਟੀ ਦਾ ਮੁਲਕ ਖੇਡਿਆ ਯੂਰਪ ਦੀ ਗਰਾਊਂਡਾਂ ਅੰਦਰ ਖੇਡਿਆ ਲੈਜਿਮ ਹੋਰ ਵਿੱਚ ਗੱਲਾਂ ਚੱਲੀਆਂ ਆਹ ਮੀਰਾ ਕੋਟੀਏ ਸ਼ੇਰ ਦੀ ਰੇਡ ਗੁਰਪਿੰਦਰ ਸਿੰਘ ਬੋਪਾ ਰਾਏ ਦਾ ਪੁੱਤ ਨੰਬਰ ਦੀ ਆਹ ਸਾਹਮਣੇ ਸਮਰਾਇਆ ਪਿੰਡ ਵਾਲਾ ਲਾਡੂ ਰੇਡ ਪਾਉਣ ਲਈ ਵਧੋ ਹੋਇਆ ਲਾਡੀ ਕਹਿੰਦੇ ਬਲਕਾਰੇ ਬਣਦਾ ਚੰਡਿਆ ਚੇਲਾ ਕਦੀ ਜੋਤੇ ਸਭਰਾ ਦੀਆਂ ਗੱਲਾਂ ਹੋਈਆਂ ਕਿ ਜਿਹੜਾ ਹੇਠ ਉੱਤੇ 40-40 ਕਬੱਡੀਆਂ ਪਾਉਂਦਾ ਸੀ ਸਭ ਰੱਬ ਦੀ ਜਿਹੜਾ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ ਸੀ ਸਿੰਘ ਪ੍ਰਿਆ ਜਿਹਨੂੰ ਜੱਗ ਜਾਣ ਦਾ ਆਹੂ ਲਾਈਏ ਨੂੰ ਬੱਲੇ ਗੱਲ ਦਿਨੀ ਦੀਨੇ ਵਾਲੀਆਂ ਨੇ ਲੰਡਨ ਤੋਂ ਆ ਕੇ ਚਾਬੀਆਂ ਦਿੱਤੀਆਂ ਆਹ ਤੱਕ ਨੇ ਖੇਡ ਮੈਦਾਨ ਚ ਜੱਗੂ 25,000 ਦੇ ਤਿੰਨ ਹੈ ਪਰ ਤਾਜੇ ਚੱਕੀਆਂ ਕੀ ਇਸ਼ਾਰਾ ਕਰ ਗਿਆ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਵੱਡੀ ਸ਼ਹਾਦਤ ਕੌਮ ਦੇ ਵਾਸਤੇ ਹੈ ਸ਼ਹੀਦੀ ਜੋੜ ਮੇਲਾ ਅੱਜ ਭਾਈ ਮਹਿਤਾਬ ਸਿੰਘ ਦੀ ਧਰਤੀ ਦੇ ਉੱਪਰ ਹੈ ਆਓ ਦੇਖਾਂਗੇ ਸਾਹਮਣੇ ਇਹ ਕਾਲਵਾਂ ਦੀ ਧਰਤੀ ਦਾ ਹਰਪਾਲ ਮੇਰੇ ਵੀਰੇ ਪਰ ਦੂਜੇ ਪਾਸੇ ਇਹ ਕਾਕਾ ਹੈ ਅੰਦੂ ਸ਼ਾਹ ਪਿੰਡ ਵਾਲਾ ਬੜਾ ਸਪੀਡੀ ਰੇਡਰ ਹੈ ਬੜਾ ਤੇਜ਼ ਤਰਾਰ ਭਾਵੀ ਸਿੰਘ ਦਾ ਚੰਡਿਆ ਹੋਇਆ ਬੱਬਰ ਸ਼ੇਰ ਕਬੱਡੀ ਦਾ ਵਧਿਆ ਹੋਇਆ ਰੇਡ ਪਾਉਣ ਦੇ ਲਈ ਸਾਹਮਣੇ ਜੱਗੂ ਹੈ ਚੋਲੇ ਵਾਲਾ ਤਿੰਨ ਜਫੇ 25,000 ਦੇ ਹੋਣ ਘੋੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੇਡ ਪਾਉਣ ਵੱਧ ਆਇਆ ਦੇਖਦੇ ਘੋੜੇ ਮਗਰ ਕੌਣ ਟਾਂਗਾ ਪਾਉਂਦਾ ਹੈ ਕਾਲਵਾ ਵਾਲਾ ਜਾਂ ਤੱਕ ਦੇ ਕਹਿੰਦੇ ਫੋੜੀਆਂ ਪਿੰਡਾਂ ਛਪਾਲ ਹੈ ਨਾਲ ਕਹਿੰਦੇ ਸੱਤੂ ਵਰਗੇ ਪਰਾਹ ਮੁੰਡਾ ਕਹਿੰਦੇ ਦੇਖਦੇ ਕਾਲਵਾ ਪਿੰਡ ਦਾ ਹਰਪਾਲ ਬਖਸ਼ੀ ਹੋਈ ਹੈ ਵਾਹਿਗੁਰੂ ਨੂੰ ਧਿਆਉਂਦਾ ਪਰਾਹ ਤੱਕ ਦੇ ਫਰੰਦੀ ਪੁਰੀਆ ਫਰੰਦੀ ਪੁਰੀਆ ਆਹ ਫਰੰਦੀ ਪੁਰੀਆ ਫਰੰਦੀ ਪੁਰੀਆ ਫਰੰਦੀ ਪੁਰੀਆ ਸਾਹਮਣੇ ਤੇਜ ਪਾਲ ਸਿਰ ਸਿੰਘ ਵਾਲਾ ਆਹ ਰੇਡ ਪਾਉਣ ਲਈ ਵਧਿਆ ਹੋਇਆ ਇਧਰਲੇ ਪਾਸੇ ਪੁਆਇੰਟ ਜਾਫੀਆਂ ਦੇ ਖਾਤੇ ਨੌਜਵਾਨ ਪਿਛਲੇ ਸਾਲ ਯੂਰਪ ਖੇਡਿਆ ਰਾਇਲ ਸਪੋਰਟਸ ਕਲੱਬ ਦੇ ਵੱਲੋਂ ਆਹ ਦੇਖਾਂਗੇ ਸਾਹਮਣੇ ਰੇਡ ਪਈ ਹੋਈ ਪੱਪਾ ਸਿਰ ਸਿੰਘ ਦੀ ਧਰਤੀ ਦਾ ਪੱਪਾ ਦੇ ਸਾਬਾ ਗੀੜੀ ਫਗਾਨਾ ਵਾਲਾ ਨੰਬਰ ਆਪਣੀ ਟੀਮ ਪੰਜਾਬ ਰਾਇਲ ਕਬੱਡੀ ਕਲੱਬ ਮਾਝੇ ਵਾਸਤੇ ਅਰਬਲ ਘੋੜਾ ਬਲਪੁਰੀਆਂ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਸਾਹਮਣੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਲਵਲੀ ਵਰਗੇ ਰਿਸ਼ਪਾਲ ਵਰਗੇ ਸੱਤੂ ਵਰਗੇ ਚਾਰੇ ਬੱਬਰ ਸ਼ੇਰ ਕਬੱਡੀ ਦੇ ਅਜਿਹਾ ਸ਼ੇਰਪੁਰ ਦੋਨਾ ਪਿੰਡ ਹੈ ਜ਼ਿਲ੍ਹੇ ਕਪੂਰਥਲੇ ਵਾਲਾ ਇਸ ਵੇਲੇ ਸਿਰਾ ਕਰਵਾਈ ਜਾਂਦਾ ਇੱਕ ਪਾਸੇ ਅਰਬਲ ਘੋੜਾ
ਘੋੜਾ ਤੇ ਸੰਧੂ, ਘੋੜਾ ਤੇ ਸੰਧੂ ਮੇਰੇ ਵੀਰੇ, ਆਹ ਦੇਖੋ ਕਮਾਲ ਹੋਈ ਪਈ ਹੈ, ਖੇਡ ਗਰਾਊਂਡ ਵਿੱਚ ਲੱਗਦਾ ਹੋਇਆ ਯਾਰ ਸੰਧੂ ਸ਼ੇਰਪੁਰ ਦੋਨਿਆਂ ਵਾਲਾ ਜੱਫਾ ਲਾ ਗਿਆ ਅੱਜ ਪੈਂਟ ਕੀਤੇ ਨੇ ਹਰੀ ਕੇ ਪੱਤਣ ਦੇ ਕੋਲੋਂ ਆਇਆ ਹੋਇਆ ਲਾਡੀ ਸਭਰਾਮ ਪਿੰਡ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਨੇ ਉਹ ਕਰਮਾ ਦਾ ਹਰਪਾਲ ਟਰਾਈ ਕਰਦਾ ਹੋਇਆ ਪਰ ਪੁਆਇੰਟ ਕਬੱਡੀ ਦੇ ਮੈਦਾਨ ਅੰਦਰ ਵਧਿਆ ਹੋਇਆ ਪੰਜਾਬ ਪੁਲਿਸ ਵਾਲੇ ਦੀ ਕਬੱਡੀ ਪਈ ਹੋਈ ਆ ਸਾਹਮਣੇ ਦੇਖਦੇ ਆ ਕੇ ਚੀ ਦੇ ਮੁੱਕੇ ਦੇ ਰਈਏ ਦੇ ਗੋਲ ਉੱਪਰਾ ਵਾਲਾ ਚੀ ਦੇ ਅਮਰ ਝੰਡੇੜਾ ਵਾਲਾ ਇਹ ਭਲਵਾਨੀ ਜੋ ਸਰੀਰ ਹੈ ਮੁੰਡੇ ਦਾ ਉਹ ਭੁੱਕਦਾ ਹੀ ਤੁਰਿਆ ਆਉਂਦਾ ਜਿਵੇਂ ਖੇਤਾਂ ਵਿੱਚ ਆਸੇ ਪੰਜਵੰਜਾ ਸਵਰਾਜ ਮੁੱਕਦਾ ਇਹ ਫੁੱਕਦਾ ਤੁਰਿਆ ਆਉਂਦਾ ਖੇਡ ਗਰਾਊਂਡਾਂ ਵਿੱਚ ਪੌਂਦੇ ਵਧਿਆ ਹੋਇਆ ਅੰਮੀ ਸ਼ਾਹ ਪਿੰਡ ਹੈ ਖਾਲੜੇ ਦਾ ਏਰੀਆ ਭੁੱਖੀ ਪਿੰਡ ਦਾ ਏਰੀਆ ਬੜਾ ਸਪੀਡੀ ਜਿਹਾ ਰੇਡਰ ਹੈ ਪੈਰਾਂ 'ਚ ਭੁਚਾਲ ਹੈ ਮੁੰਡੇ ਦੇ ਤੇ ਪੌਣਾਂ 'ਚ ਸੰਗੀਤ ਗੂੰਜਦਾ ਜਦੋਂ ਭਿੜਦੇ ਪੰਜਾਬੀਆਂ ਦੇ ਮੁੰਡੇ ਦੂਰੋਂ ਦੂਰੋਂ ਆਵੇ ਦੁਨੀਆਂ ਜਦੋਂ ਮੈਚ ਕਬੱਡੀ ਵਾਲੇ ਹੁੰਦੇ ਕਿ ਪੌਣਾਂ 'ਚ ਸੰਗੀਤ ਗੂੰਜਦਾ ਆਹ ਦੇਖਦੇ ਸਾਹਮਣੇ ਪੁਆਇੰਟ ਕਬੱਡੀ ਪਾ ਰਿਹਾ ਕੇਸਾਧਾਰੀ ਸਿੰਘ ਸੂਰਮਾ ਸਰਦਾਰ ਕਬੱਡੀ ਪਾ ਰਿਹਾ ਤੇ ਇੱਕੋ ਹੀ 3000 ਦੀ ਹੈ ਆਹ ਰੇਡ ਇੱਕੋ ਹੀ 3000 ਦੀ ਹੈ ਸਾਡਾ ਰੂਬਲ ਭੰਗੂ ਤੇ ਨਾਲ ਸਾਡਾ ਵੀਰ ਹੈ ਕਹਿੰਦੇ ਕਰਨੋ ਭੁੱਲਰ ਤੇ ਨਾਲ ਸਾਡੇ ਸਰਪੰਚ ਭੱਗੂਪੁਰੀਆ ਕਹਿੰਦੇ ਵੀ ਸ਼ੇਰੇ ਦੀ ਕਰਾਂ 3000 ਵੀਰਾਂ ਕੋਟੀਆਂ ਮੇਰੇ ਕੋਲ ਆ ਕੇ ਲੈ ਜਾਓ ਵੀਰਾਂ ਕੋਟੀਆਂ ਸ਼ੇਰੇ ਦਾ 3000 ਇੱਕ ਰੇਟ ਦਾ ਲੱਗਾ ਭਰਾਵਾਂ ਨੇ ਕਹਿੰਦੇ ਵੱਡਾ ਦਿਲ ਖੋਜ ਕੇ ਨਾਮ ਭੇਜਿਆ ਉਹ ਵੀ ਕਹਿੰਦੇ 3000 ਇੱਕੋ ਹੀ ਰੇਟ ਭਰਾ ਦੇਖਦੇ ਘੋੜਾ 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 ਹੋ ਗਿਆ 1000 ਦੱਸਦੇ ਅਗਲੀ ਰੇਟ ਸੇਵਕ ਹੈ ਨੌਜਵਾਨ ਕੱਪੇ ਵਾਲੀ ਪਿੰਡ ਹੈ ਔਰ ਸਾਹਮਣੇ ਫਰੋਦੀ ਪੁਰੀਆ ਗੋਪੀ ਹਵਾਲਿਆ ਮਰਦੇ ਨੇ ਕਬੱਡੀ ਦਾ ਮੱਲੀ ਪਰਿਵਾਰ ਦਾ ਫਰਜ਼ਾਨਾ ਸਮੇ ਆਹ ਦੂਜੇ ਪਾਸੇ ਗੰਦੇ ਵਾਲੀਆਂ ਸੇਵਕ ਬਿਕਰਮਜੀਤ ਸਿੰਘ ਕੋਈ ਦਾ ਚੰਡਿਆ ਹੋਇਆ ਕਿ ਪੱਟੀ ਲੱਗਦਾ ਚੰਡਿਆ ਕਿਸੇ ਪੈਰਾਂ ਦਿਲਪਾਲ ਸਿਰ ਸਿੱਖਿਆ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਵੀਰਾਂ ਕੋਟੀਆਂ ਸ਼ੇਰੇ ਦੀਆਂ 3 ਰੇਟਾਂ 1500 ਦੀਆਂ ਹੋਣਗੀਆਂ ਅਜੇ ਪਾਲ ਫੇਰ ਕਨੇਡਾ ਤੇਜਪਾਲ ਫੇਰ ਫਰਾਂਸ ਅਗੇ ਪ੍ਰੀਤ ਫੇਰ ਇਹਨਾਂ ਵੱਲੋਂ 3 ਕਬੱਡੀਆਂ ਸ਼ੇਰੇ ਦੀਆਂ 1500 ਦੀਆਂ ਆਓ ਸਾਹਮਣੇ ਦੇਖਾਂਗੇ ਤੇਜਪਾਲ ਬਹੁਤ ਸੋਹਣਿਆ ਨਹੀਂ ਰਿਸ਼ਤਾ ਕਰਦੇ ਕਹਿੰਦੇ ਮਿਆਦੀਆਂ ਕਲਾਂ ਵਾਲਾ ਰੇਡ ਪਾ ਰਿਹਾ ਹੈ ਕਿ ਗੋਪੀ ਦੀਆਂ ਧੌਲਾਂ ਤੇ ਅਰਸ਼ ਦੇ ਧੱਕੇ ਦੋਵੇਂ ਹੀ ਵਾਲਿਆ ਹੁਕਮ ਦੇ ਜੱਗੇ ਹਾਰੀ ਹੋਈ ਬਾਜੀ ਲੈਂਦੇ ਪਲਾਂ ਵਿੱਚ ਜਿੱਤੇ ਸੀ ਕਿ ਉਹਦੇ ਤੀਰ ਦਾਨ ਕੀਤੇ ਹੈ ਬਦਾਮਾਂ ਦੀਆਂ ਬੋਰੀਆਂ ਪਲੇਅਰਾਂ ਨੂੰ ਦਿੱਤੀਆਂ ਹੋਈਆਂ ਬਾਬੇ ਮੱਗੇ ਦਾ ਵੀ ਕਹਿੰਦੇ ਕਬੱਡੀ ਦੇ ਵਿੱਚ ਵੱਡਾ ਆਰਾਮ ਆਹ ਕਹਿੰਦੇ ਬਾਬੇ ਮੱਗੇ ਦਾ ਸਪੁੱਤਰ ਹੈ ਅਰਪਲ ਕਹਿੰਦੇ ਪਾਲਪੁਰੀਆਂ ਦਾ ਰੇਡ ਪਾਉਣ ਨੂੰ ਵਧਿਆ ਹੋਇਆ ਦੋ ਨੰਬਰ ਤੋਂ ਕਹਿੰਦੇ ਲਵਲੀ ਬੇਰੇ ਵਾਲਾ ਨੀ ਮੈਂ ਲਵਲੀ ਤੇ ਲਵਲੀ ਚ ਪੜਦੀ ਤੇ ਪੀੜੀ ਵਿੱਚ ਜੱਟ ਫੜ ਮਿੱਤਰੋ ਜੋਰ ਚੋਪੜਾ ਦਾ ਬੰਡਾ ਵੀ ਨਿਚੋ ਦਾ ਜਿਸ ਵਿੱਚ ਫੇਰ ਚੋਪੜਾ ਦਾ ਕਿਹੜੀ ਜਵਾਨੀ ਕਰਮ ਖੂਨ ਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭਜਦੇ ਕਿ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭਜਦੇ ਲੋ ਸਾਹਮਣੇ ਸਾਹਮਣੇ ਗੀੜੀ ਫਗਾਨਾ ਵਾਲਾ ਤੇ ਭੋਲੂ ਦਾ ਤਾਜੇ ਚੱਕ ਪੈਂਦਾ ਗੁਰਦੁਆਰਾ ਸਿਰ ਸਾਹਮਣੇ ਕੋਲ ਆਓ ਦੇਖਾਂਗੇ ਨੰਬਰ ਸਾਹਮਣੇ ਗੀੜੀ ਫਗਾਨਾ ਵਾਲੇ ਰਵਿੰਦਰ ਭੰਗੂ ਨਾਲ ਖੜਾ ਤੇ ਨਾਲ ਸਾਡੀ ਲਾਡੀ ਸਭਰਾ ਪਿੰਡ ਦਾ ਇਹ ਫਲਕਾਰੇ ਪਿੰਡ ਦਾ ਚੰਡਿਆ ਹੋਇਆ ਚੇਲਾ ਵਾਰਕਾ ਚਾਰ ਚਾਰ ਨੇ ਇਹ ਚਾਰ ਖੜੇ ਝੰਡੇਰਾ ਵਾਲਾ
ਕੁਰਸੀਆਂ ਕਬੱਡੀ ਪਾਉਣ ਲਈ ਵਧਿਆ ਹੋਇਆ। ਅੱਜ ਪੈਣਗੀਆਂ ਕਬੱਡੀਆਂ ਤੇ ਵੇਖੂ ਸਾਰਾ ਜੱਗ ਜੀ, ਮਾਰ ਮਾਰ ਧੌਲਾ ਕਿਹੜੇ ਕਿੱਦਾਂ ਤੰਗਿਆ ਕਿ ਜੀ, ਕੌਣ ਕਿੰਨੇ ਪਾਣੀਆਂ ਚ ਪਤਾ ਜਾਣਾ ਲੱਗ ਜੀ। ਸਾਹਮਣੇ ਫਰੰਦੀਪੁਰੀ ਪੱਕੇ ਸਮਰਾ ਦਾ ਚੱਲਿਆ ਚੇਲਾ ਮਾਲਕ ਹੈ, ਕਬੱਡੀ ਨੂੰ ਪਿਆਰ ਕਰਦਾ ਹੈ, ਫਰਲੀ ਪਰੀਏ ਦਾ ਭਰਾਵਾਂ ਵਾਲਾ ਪਿਆਰ ਹੈ। ਆਹ ਕਣਕ ਦੀ ਰੇਟ ਪਈ ਹੋਈ ਹੈ, ਇਹ ਪਾਣੀ ਵਰਗੀ ਨਿਗਾਹ ਹੁੰਦੀ ਹੈ, ਜਿਹੜੇ ਧਾਵੀਆਂ ਦੀ ਹੱਥ ਜਾਫੀ ਨੂੰ ਲਾਏ ਜਾਂਦੇ ਨੇ, ਲੰਗੇ ਵਾਲੀਆਂ ਚੌਦਾਂ ਦਿਨ ਚਾਰ ਜਵਾਨੀ ਦੇ ਜਿਹੜੇ ਗੱਭਰੂ ਸਾਂਭ ਗਏ ਸਰਦਾਰ ਗੁਰਪਿੰਦਰ ਸਿੰਘ ਨੇ ਪੱਟੀ ਪਾਈ ਹੋਈ ਰੇਡ, ਸਾਹਮਣੇ ਜੱਗੂ ਚੋਲੇ ਸਾਹਿਬ ਦੀ ਧਰਤੀ ਦਾ ਇੱਕ ਰੇਡ ਸਫਲ ਹੈ। ਜਦੋਂ ਤੱਕ ਖਰੀਦੀ ਸੰਗਰੂਰ ਤੋਂ ਟਿਕਾਣੇ ਲਾਉਂਦਾ ਹੈ, ਹਰਪ੍ਰੀਤ ਵੀਰ ਹੈ, ਕਹਿੰਦੇ ਮੀਰਾ ਕੁੱਟੀਏ ਕਬਲ ਦੀ ਹਰੇਕ ਰੇੜੇ ਇੱਕ ਹਜ਼ਾਰ ਦੀ ਹੈ, ਆਹ ਇੱਕ ਹਜ਼ਾਰ ਮੇਰੇ ਕੋਲੋਂ, ਕਹਿੰਦੇ ਮੀਰਾ ਕੁੱਟੀਏ ਕਬਲ ਦਾ ਲੈ ਜਾਓ ਜੀ। ਲਓ ਸਾਹਮਣੇ ਰੇਡ ਪਈ ਹੋਈ ਗੱਭਰੂ ਦੀ, ਬਹੁਤ ਸੋਹਣਿਆ ਨਹੀਂ ਰੀਸਾ। ਤੇਜਪਾਲ ਸੁਰ ਸਿੰਘੀਆ ਕਬੱਡੀ ਪਾਉਣ ਦੇ ਵਾਸਤੇ ਬੰਦੇ ਹੋਏ ਆ, ਤੇਜਪਾਲ ਤੇ ਕਾਲਵਾ ਦਾ ਹਰਪਾਲ। ਆ ਮਾਰੋ ਤਾੜੀ ਯਾਰ, ਮੁੰਡੇ ਦਾ ਕੱਦ ਦੇਖ ਲਓ ਕਿੰਨਾ ਕੁ ਹੈ, ਜਾਂ ਮਿੰਟ ਪਾਉਣ ਦੇ ਵਾਸਤੇ ਬੰਦੇ ਹੋਏ ਆ। ਇਹ ਸ਼ਮਸ਼ੇਰ ਦਾ 1500 ਰੁਪਈਆ ਬਚ ਗਿਆ ਤਿੰਨ ਰੇਟਾਂ ਦਾ। ਉਧਰ ਰਿਪਲ ਗਰੁੱਪ ਦੇ ਵੱਲੋਂ ਵੀ ਪੈਸੇ ਜਿਹੜੇ ਗੁਰਸੇਵਕ ਵਾਸਤੇ ਬਚ ਗਏ ਆ। ਆਹ ਸਾਹਮਣੇ ਪਿੰਡਾਂ ਗਰੁੱਪ ਵਾਲੇ ਵੀਰ ਕਹਿੰਦੇ ਆ ਕਿ ਮੀਰਾ ਕੁੱਟ ਕੇ ਦੀ ਅਗਲੀ ਰੇਡ ਫਿਰ 3000 ਦੀ ਹੋਵੇਗੀ, ਅਗਲੀ ਰੇਡ ਫਿਰ 3000 ਦੀ। ਪਰ ਆਹ ਕਹਿੰਦੇ ਪਾ ਕੇ ਮੈਂ ਬਾਬੇ ਮੱਕੇ ਦਾ ਪੁੱਤਰ ਹੈ, ਅਰਬਲ ਤੱਕ ਦੇ ਕਹਿੰਦੇ ਪੱਲ ਪ੍ਰਿਆ, ਪਰ ਆਹ ਮੁੰਡਾ ਕਹਿੰਦੇ ਬਾਲਾ ਤੇਜ ਹੈ, ਬਾਲਾ ਤੇਜ ਹੈ, ਮੁੰਡਿਆ ਮਾਰ ਹੁਜਕਾ ਮਾਰ ਹੁਜਕਾ, ਪਰ ਗੋਲੀਆਂ ਵਾਲਾ ਰਿਸ਼ਕਾ ਲੱਗੇ ਨੇ। ਆਹ ਸਾਹਮਣੇ ਦੇਖਦੇ ਆ ਰੇਡ ਕੌਣ ਮੀਰਾ ਕੋਟ ਵਾਲਾ, ਸ਼ੇਰੇ ਨੂੰ ਵੇਖ ਕੇ ਕਬੱਡੀ ਵਿੱਚ ਆਇਆ, ਸ਼ੇਰੇ ਨੂੰ ਵੱਡਾ ਵੀਰ ਬਣਦਾ ਆਪਣਾ। ਉਹ ਸਾਹਮਣੇ ਰੇਡ ਪਈ ਹੋਈ ਕਮਲ ਮੀਰਾ ਕੋਟ ਵਾਲੇ ਦੀ, ਨੈਣਾ ਦੇਵੀ ਦੇ ਪਹਾੜ ਜਿਹੜਾ ਗੱਭਰੂ ਪੁਆਇੰਟ ਆਵੇ ਸੰਦੀਪ ਨੰਬਰ ਰੇਡ ਹਰੇਕ ਰੇਡ 1000 ਦੀ ਹੈ। ਆਹ ਤੱਕ ਦੇ ਖੇਡ ਮੈਦਾਨ ਵਿੱਚ ਕਹਿੰਦੇ ਲਾਡੀ ਸਭਰਾ ਪਿੰਡ ਵਾਲਾ ਸਾਡੇ ਰੂਪਲ ਬਹੁਤ ਸਤਿਕਾਰਯੋਗ ਵੀਰ ਹੈ, ਭੁੱਲਰ ਕਰਨ ਕਹਿੰਦੇ ਨਾਲ ਸਾਡੇ ਰੂਪਲ ਭੁੱਲਰ ਦੇ ਕਰਨ ਹੋਣੀ ਵੀਰ ਹੈ, ਤੇ ਨਾਲ ਸਰਪੰਚ ਭੱਗੂ ਸਦਗਾ ਇੱਕ ਪੈਗੀ ਦੋ ਬਾਕੀ ਨੇ ਬਬਰ ਸ਼ੇਰ ਦੀਆਂ। ਲਓ ਸਾਹਮਣੇ ਦੇਖਦੇ ਆ ਆਹ ਮੁੰਡਾ ਝੰਡੇੜਾ ਵਾਲਾ ਅਮਰ ਆ, ਦੂਜੇ ਪਾਸੇ ਫਰਦੀ ਪੁਰੀਆ ਆਹ ਟੱਕਰ ਸਿਰੇ ਦੀ ਆ, ਇਹ ਬੱਬਰ ਸ਼ੇਰ ਮਿਲਦੇ ਆ, ਤਾੜੀਆਂ ਜ਼ੋਰ ਦਾ ਮਾਰਦੇ ਮੇਰੇ ਵੀਰੋ, ਤੇ ਗੁਰਦੇ ਦਾ ਬੜਾ ਸਾਹਮਣਾ ਮਿਲਿਆ, ਆਹ ਪੱਲੇ ਪੱਲੇ ਅਮਰ ਕਰਵਾ ਗਿਆ, ਆਹ ਸਵਾਦ ਆ ਕਬੱਡੀ ਦਾ। ਆਹ ਭਰਾ ਕਹਿੰਦੇ ਵੀ ਅਗਲੀ ਰੇਡ ਜਿਹੜੀ ਕਬਲ ਦੀ ਹੋਵੇਗੀ 1000 ਦੀ ਹੋਵੇਗੀ, ਹਰਪ੍ਰੀਤ ਵੀਰ ਕਹਿੰਦਾ ਵੀ 1000 ਮੇਰੇ ਵੱਲੋਂ ਹੈ, ਸਰਪੰਚ ਲਖਵਿੰਦਰ ਸਿੰਘ ਜੀ ਭੱਗੂ ਹੋਣਾ ਵੱਲੋਂ ਪੈਸੇ ਫੜੀਏ ਵੀ ਪਲੇਟ ਦੇ। ਆਓ ਸਾਹਮਣੇ ਕਾਕਾ ਕਾਕਾ ਤੇ ਹਰਪਾਲ, ਕਾਕਾ ਤੇ ਹਰਪਾਲ, ਕਾਕਾ ਤੇ ਹਰਪਾਲ, ਕਾਕਾ ਨੰਬਰ ਜ਼ੋਰ ਦਾ ਹੋਇਆ। ਯਾਰ ਸਾਡੇ ਭਰਾਵਾਂ ਨੇ ਲਾਇਆ ਰੂਬਲ ਭੰਗੂ ਤੇ ਕਰਨ ਭੁੱਲਰ ਦੇ ਨਾਲ, ਕਹਿੰਦੇ ਸਰਪੰਚ ਭੱਗੂਪੁਰੀਆ ਕਹਿੰਦਾ ਤੇ ਨਾਲ ਆਰ ਬੀ ਪੀ ਗਰੁੱਪ ਵਾਲੇ ਵੀਰ ਕਹਿੰਦੇ ਆ ਵੀ ਸਾਡੇ ਵੱਲੋਂ 3000 ਹੈ, ਉਹ ਸ਼ੇਰੇ ਦੀ ਰੇਟ 3000 ਦੀ ਹੈ, ਤੱਕ ਦੇ ਖੇਡ ਮੈਦਾਨ ਚ ਸਿਰੇ ਦੀ ਟੱਕਰ ਹੈ, ਫਰੰਦੀਪੁਰੀਆ ਹੈ ਰਾਦਾ, ਉਹ ਤੇਰੇ ਵਾਸਤੇ ਤੇਰਾ ਸਾਰਾ ਹੀ ਟੱਪਰ ਵਾਲੇ ਨਾਲ ਕਰਦੇ ਆ।
ਸਿਰੇ ਦਾ ਮੈਚ ਖੇਡਿਆ ਜਾ ਰਿਹਾ, ਸਿਰੇ ਦੀ ਟੱਕਰ
ਮੈਚ ਹੋ ਗਿਆ ਜੀ, ਪੁਆਇੰਟ ਹੈਗਾ 30-38 ਮੀਰਾਕੋਟ ਦੇ, 30 ਫਰੰਦੀਪੁਰ ਦੇ। ਮਿਲਦੇ ਕਿਸੇ ਹੋਰ ਤੱਕ ਨਹੀਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।